ਮਨਪ੍ਰੀਤ ਸਿੰਘ ਇਆਲੀ ਦੇ ਵਿਸ਼ੇਸ਼ ਯਤਨਾਂ ਅਤੇ ਰੁਚੀ ਨਾਲ ਪਿੰਡ ਗੁੱਜਰਵਾਲ ਵਿਖੇ ਕਰੀਬ 50 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਆਧੁਨਿਕ ਖੇਡ ਮੈਦਾਨ ਅੱਜ ਖਿਡਾਰੀਆਂ ਅਤੇ ਆਮ ਲੋਕਾਂ ਦੇ ਸਪੁਰਦ ਕਰ ਦਿੱਤਾ ਗਿਆ। ਇਸ ਬਹੁਮੰਤਵੀ ਖੇਡ ਮੈਦਾਨ ਦਾ ਉਦਘਾਟਨ ਡਿਪਟੀ ਕਮਿਸ਼ਨਰ ਸ੍ਰੀ ਰਜਿਤ ਅਗਰਵਾਲ ਵੱਲੋਂ ਕੀਤਾ ਗਿਆ। ਉਦਘਾਟਨੀ ਸਮਾਰੋਹ ਦੌਰਾਨ ਲੱਖਾਂ ਦੀ ਗਿਣਤੀ ਵਿਚ ਲੋਕਾਂ ਨੇ ਸ਼ਮੂਲੀਅਤ ਕੀਤੀ। ਹਜ਼ਾਰਾਂ ਦੀ ਗਿਣਤੀ ਵਿਚ ਲੋਕਾਂ ਨੇ ਪ੍ਰਦਰਸ਼ਨੀ ਮੈਚ ਦਾ ਆਨੰਦ ਮਾਣਿਆ। ਪ੍ਰੋਜੈਕਟਸ ਇਹੋ ਜਿਹੇ ਹੁੰਦੇ ਨੇ ਜਿਹਨਾਂ ਪ੍ਰੋਜੈਕਟਸ ਦਾ ਫਾਇਦਾ ਪਿੰਡ ਦੇ ਹਰ ਫਿਰਕੇ, ਹਰ ਤਬਕੇ, ਮੇਲ ਫੀਮੇਲ, ਬੱਚਿਆਂ ਬਜ਼ੁਰਗ ਸਾਰਿਆਂ ਨੂੰ ਮਿਲਦਾ ਹੈਗਾ। ਬਹੁਤ ਘੱਟ ਇਸ ਤਰੀਕੇ ਦੇ ਪ੍ਰੋਜੈਕਟ ਹੁੰਦੇ ਨੇ। ਇਸ ਤਰੀਕੇ ਦੇ ਪ੍ਰੋਜੈਕਟ ਨੂੰ ਚੁਣਨ ਵਾਸਤੇ, ਇਸ ਪੂਰੀ ਡਿਜ਼ਾਈਨਿੰਗ ਇਹਨੂੰ ਪ੍ਰੋਜੈਕਟ ਨੂੰ ਉਲੀਕਣ ਵਾਸਤੇ ਅਤੇ ਉਹਨੂੰ ਇਸ ਅਮਲੀ ਜ਼ਾਮਾ ਪਹਿਨਾ ਕੇ ਅੱਜ ਪਿੰਡ ਨੂੰ ਡੈਡੀਕੇਟ ਕਰਨ 'ਤੇ ਮੈਂ MLA ਸਾਹਿਬ ਸਰਦਾਰ ਮਨਪ੍ਰੀਤ ਸਿੰਘ ਇਆਲੀ ਜੀ ਨੂੰ ਬਹੁਤ ਬਹੁਤ ਵਧਾਈ ਦਿੰਦਾ ਅਤੇ ਇੱਕ ਇਹੋ ਜਿਹੀ ਮਿਸਾਲ ਇਸ ਪ੍ਰੋਜੈਕਟ ਦੇ ਰਾਹੀਂ ਕਾਇਮ ਕੀਤੀ ਹੈਗੀ ਹੈ, ਜਿਹਨੂੰ ਮੈਨੂੰ ਲੱਗਦਾ ਪੂਰੇ ਲੁਧਿਆਣਾ ਨਹੀਂ ਪੂਰੇ ਪੰਜਾਬ ਦੇ ਵਿੱਚ ਰੈਪਲੀਕੇਟ ਕੀਤਾ ਜਾਣਾ ਚਾਹੀਦਾ। ਅੱਜ ਦੇ ਸਮੇਂ ਦੀ ਸਭ ਤੋਂ ਵੱਡੀ ਡਿਮਾਂਡ ਜਾਂ ਸਭ ਤੋਂ ਵੱਡੀ ਨੀਡ ਜਿਹੜੀ ਹੈਗੀ ਹੈ ਯੂਥ ਦੇ ਵੱਲੋਂ ਦੇਖੀਏ ਤਾਂ ਵੀ ਇਹ ਫੁਲਫਿਲ ਕਰਦਾ ਹੈਗਾ। ਜੇ ਲੋਕਾਂ ਦੇ ਵੱਲ ਦੇਖੀਏ ਤਾਂ ਉਹਨਾਂ ਨੂੰ ਵੀ ਹੈਲਥ ਵਾਸਤੇ ਇੰਨਾ ਵਧੀਆ ਪ੍ਰੋਜੈਕਟ ਪਿੰਡ ਦੇ ਵਿੱਚ ਮਿਲਣਾ, ਮੈਂ ਸਮਝਦਾ ਕਿ ਬਹੁਤ ਹੀ ਵਧੀਆ ਸੋਚ ਦਾ ਨਮੂਨਾ ਹੈ। ਐਂਡ ਜਿਸ ਤਰੀਕੇ ਪ੍ਰੋਜੈਕਟ ਸਿਰੇ ਚੜ੍ਹਾਇਆ ਗਿਆ, ਜਿਸ ਕੁਆਲਿਟੀ ਨੂੰ ਡਿਲੀਵਰ ਕੀਤਾ ਗਿਆ ਹੈਗਾ, ਮੈਨੂੰ ਲੱਗਦਾ ਇਸ ਤਰੀਕੇ ਦੇ ਪ੍ਰੋਜੈਕਟਸ ਸਾਰਿਆਂ ਨੂੰ ਹੀ ਆਪਣੇ ਆਪਣੇ ਪਿੰਡਾਂ ਦੇ ਵਿੱਚ, ਆਪਣੇ ਆਪਣੇ ਹਲਕਿਆਂ ਦੇ ਵਿੱਚ, ਆਪਣੇ ਆਪਣੇ ਜ਼ਿਲ੍ਹਿਆਂ ਦੇ ਵਿੱਚ ਇਹਨੂੰ ਰਿਪਲੀਕੇਟ ਕੀਤਾ ਜਾਣਾ ਚਾਹੀਦਾ। ਗੁੱਜਰਵਾਲ ਦੇ ਵਿੱਚ ਅਸੀਂ ਆਧੁਨਿਕ ਖੇਡ ਗਰਾਊਂਡ ਸਪੋਰਟਸ ਪਾਰਕ ਜੋ ਤਿਆਰ ਕੀਤਾ ਹੈ ਉਸਦਾ ਅੱਜ ਉਦਘਾਟਨ ਸਾਡੇ ਮਾਣਯੋਗ ਡਿਪਟੀ ਕਮਿਸ਼ਨਰ ਲੁਧਿਆਣਾ ਸ਼੍ਰੀ ਰਜਤ ਅਗਰਵਾਲ ਜੀ ਵੱਲੋਂ ਆਪਣੇ ਘਰ ਕਮਲਾਂ ਨਾਲ ਕੀਤਾ ਗਿਆ। ਸਭ ਤੋਂ ਪਹਿਲਾਂ ਤਾਂ ਮੈਂ DC ਸਾਹਿਬ ਨੂੰ ਅੱਜ ਇੱਥੇ ਪਹੁੰਚਣ 'ਤੇ GM ਵੀ ਆਖਦਾ, ਇਹਨਾਂ ਦਾ ਧੰਨਵਾਦ ਵੀ ਕਰਦਾ ਹਾਂ। ਉਹਨਾਂ ਦੇ ਨਾਲ ਬਹੁਤ ਸਾਰੀਆਂ ਹੋਰ ਸਨਮਾਨਯੋਗ ਸ਼ਖਸੀਅਤਾਂ ਪਹੁੰਚੀਆਂ ਨੇ। ਸੋ ਮੈਂ ਸਮਝਦਾ ਕਿ ਅੱਜ ਬਹੁਤ ਖੁਸ਼ੀ ਦੀ ਗੱਲ ਹੈ ਇਸ ਨਗਰ ਦੇ ਲਈ, ਕਿਉਂਕਿ ਪਿਛਲੇ 6-7 ਮਹੀਨੇ ਤੋਂ ਜੋ ਅਸੀਂ ਪ੍ਰੋਜੈਕਟ ਸ਼ੁਰੂ ਕੀਤਾ ਸੀ ਗ੍ਰਾਮ ਪੰਚਾਇਤ ਦੇ ਸਹਿਯੋਗ ਦੇ ਨਾਲ, ਨਗਰ ਨਿਵਾਸੀਆਂ ਦੇ ਸਹਿਯੋਗ ਦੇ ਨਾਲ, ਨੌਜਵਾਨਾਂ ਦੇ ਸਹਿਯੋਗ ਦੇ ਨਾਲ, NRI ਵੀਰਾਂ ਦੇ ਸਹਿਯੋਗ ਦੇ ਨਾਲ ਇਹ ਸਾਰਾ ਨਿਪੜੇ ਚੜਿਆ ਹੈ। ਸੋ ਜਿਹੜਾ ਪ੍ਰੋਜੈਕਟ ਹੈ ਇਹਦੇ ਉੱਪਰ ਤਕਰੀਬਨ 50 ਲੱਖ ਰੁਪਇਆ ਖਰਚਾ ਆ, ਜਿਸ ਦੇ ਵਿੱਚ ਜਿੱਥੇ ਫੁੱਟਬਾਲ, ਹਾਕੀ, ਕ੍ਰਿਕਟ, ਕਬੱਡੀ ਇਹ ਸਾਰੀਆਂ ਗੇਮਾਂ ਖੇਡੀਆਂ ਜਾਣਗੀਆਂ। ਉਹਦੇ ਨਾਲ ਨਾਲ ਅਸੀਂ ਜਿਹੜੇ ਦੇ ਵਿੱਚ ਵੱਖਰੀ ਚੀਜ਼ ਐਡ ਕੀਤੀ ਆ ਕਿ ਇਹਨੂੰ ਬਜ਼ੁਰਗਾਂ ਦੇ ਲਈ, ਲੇਡੀਜ਼ ਦੇ ਲਈ ਜਿਹੜਾ ਕਿ ਫੁੱਟਪਾਥ ਬਣਾਇਆ ਗਿਆ ਸੈਰ ਕਰਨ ਦੇ ਲਈ। ਸੋ ਜਿਹਦੇ ਨਾਲ ਕਿਉਂਕਿ ਅੱਜ ਹਰ ਬੰਦਾ ਚਾਹੁੰਦਾ ਕਿ ਉਹ ਤੰਦਰੁਸਤ ਹੋਵੇ, ਉਹਨੂੰ ਸੈਰ ਕਰਨ ਲਈ ਜਗ੍ਹਾ ਹੋਵੇ। ਇੱਥੇ ਸਾਡੀਆਂ ਇਸ ਪਿੰਡ ਦੀਆਂ ਲੇਡੀਜ਼ ਸੜਕਾਂ 'ਤੇ ਜਾਂਦੀਆਂ ਸੀ, ਸੋ ਇਹਦੇ ਨਾਲ ਬਹੁਤ ਇੱਕ ਸੇਫ ਜਗ੍ਹਾ ਅਸੀਂ ਦਿੱਤੀ ਆ। ਸਵੇਰੇ ਦਾ ਟਾਈਮ ਅਸੀਂ ਫਿਕਸ ਕੀਤਾ ਵੀ ਚਾਹੇ ਸਰਦੀਆਂ 'ਚ 9 ਵਜੇ ਤੋਂ ਲੈ ਕੇ 11-12 ਵਜੇ ਤੱਕ ਲੇਡੀਜ਼ ਇੱਥੇ ਸੈਰ ਕਰਨਗੀਆਂ, ਸ਼ਾਮ ਦਾ ਟਾਈਮ ਹੈਗਾ ਸਾਡੇ ਬਜ਼ੁਰਗ ਕਰਨਗੇ ਅਤੇ ਬੱਚੇ ਇੱਥੇ ਖੇਡਣਗੇ। ਅਤੇ ਇੱਥੇ ਇੱਕ ਤਾਂ ਜਿਹੜਾ ਟ੍ਰੇਨਰ ਕੋਚ ਰੱਖਿਆ ਜਾ ਰਿਹਾ, ਉਹਦੇ ਨਾਲ ਨਾਲ ਇੱਕ ਮਾਲੀ ਰੱਖਿਆ ਜਾ ਰਿਹਾ, ਇੱਕ ਚੌਂਕੀ ਦਾ ਰੱਖਿਆ ਜਾ ਰਿਹਾ, ਅਤੇ ਇੱਥੇ ਲਾਈਟਸ ਦਾ ਪ੍ਰਬੰਧ ਕੀਤਾ ਅਸੀਂ, ਜਿਹੜੀਆਂ ਫੋਟੋਲਾਈਟਸ ਵੀ ਦਿੱਤੀਆਂ ਨੇ, ਫਲੱਡ ਲਾਈਟਸ ਵੀ ਜਿਹੜੀਆਂ ਸਾਡੀਆਂ ਕੱਲ੍ਹ ਤੱਕ ਲੱਗ ਜਾਣੀਆਂ ਨੇ। ਸੋ ਤਾਂ ਜੋ ਰਾਤ ਦੇ ਵਿੱਚ ਵੀ ਹਨੇਰੇ ਵਿੱਚ ਸੈਰ ਵੀ ਹੋ ਸਕੇ, ਰਾਤ ਨੂੰ ਬੱਚੇ ਖੇਡ ਵੀ ਸਕਣ। ਸੋ ਇਸੇ ਤਰ੍ਹਾਂ ਇਹ ਜਿਹੜਾ ਪ੍ਰੋਜੈਕਟ ਹੈਗਾ, ਇਸ ਤਰ੍ਹਾਂ ਦੇ ਪ੍ਰੋਜੈਕਟ ਅਸੀਂ 40 ਹੋਰ ਪਿੰਡਾਂ ਦੇ ਵਿੱਚ ਬਣਾ ਰਹੇ ਹਾਂ, ਜਿਹਦੇ ਵਿੱਚ 13 ਪਿੰਡਾਂ ਦੇ ਵਿੱਚ ਸਾਡਾ ਕੰਮ ਬੜੀ ਤੇਜ਼ੀ ਨਾਲ ਸਟਾਰਟ ਹੋ ਗਿਆ, ਅਤੇ ਬਾਕੀ ਵੀ ਜਿਹੜੇ ਬਹੁਤ ਜਲਦੀ ਜਿਹੜੇ ਸਾਡੇ ਇਸੇ ਮਹੀਨੇ 'ਚ ਕੰਮ ਸਾਰੇ ਸਟਾਰਟ ਹੋ ਜਾਣਗੇ। ਅਤੇ ਇਸ ਪ੍ਰੋਜੈਕਟ ਨੂੰ ਜਿਹੜੇ ਪਿੰਡਾਂ ਚੱਲ ਰਹੇ ਆ ਸਿਰੇ ਚਾੜਨ 'ਚ ਸਾਰੇ ਹੀ ਜਿਹੜੇ ਨੌਜਵਾਨ ਨੇ, ਪੰਚਾਇਤਾਂ ਨੇ, ਕਲੱਬ ਨੇ, ਸਾਰਿਆਂ ਦਾ ਬਹੁਤ ਵੱਡਾ ਸਾਨੂੰ ਜਿਹੜਾ ਸਹਿਯੋਗ ਹੈ ਮਿਲ ਰਿਹਾ ਹੈ। ਸੋ ਮੈਂ ਇੱਕ ਵਾਰ ਫਿਰ ਸਾਰੇ ਨਗਰ ਨਿਵਾਸੀਆਂ ਨੂੰ ਅੱਜ ਦੇ ਇਸ ਮੌਕੇ 'ਤੇ ਵਧਾਈ ਦਿੰਦਾ। ਲੁਧਿਆਣਾ ਤੋਂ ਸਨੀ ਸੂਜਾਪੁਰ ਦੇ ਨਾਲ ਜਸਵੀਰ ਹੇਰਾਂ ਦੀ ਰਿਪੋਰਟ, ਪਹਿਰੇਦਾਰ TV।